ਚੱਲ ਅੱਜ ਯਾਰ ਆਪਾਂ ਕਿਹੜੇ ਕੰਮ ਲੱਗੇ ਹੋਏ ਆ ਸਾਹਿਬ ਭਾਈ ਹਾਂਜੀ ਕੋਈ ਕੰਮ ਨਹੀਂ ਆਪਾਂ ਕੀਤਾ ਕਿਹੜਾ ਕੰਮ ਕਰੀਏ ਦੱਸੋ ਤੇ ਸਹੀ ਗਾਹਕਾਂ ਦੇ ਡਿਜ਼ਾਈਨ ਆ ਰਹੇ ਨੇ ਸਾਨੂੰ ਉਹ ਕਰਨਾ ਚਾਹੀਦਾ ਹੈ ਵਾ ਦਿਖਾਓ ਕਿਹੜਾ ਡਿਜ਼ਾਈਨ ਆਇਆ ਆ ਡਿਜ਼ਾਈਨ ਆਇਆ ਵਾ ਅੱਗੇ ਭਾਈ ਆਇਆ ਸਨ ਤੋਂ ਕਹਿ ਰਹੇ ਸਨ ਕਿ ਵੀ ਆ ਡਿਜ਼ਾਈਨ ਬਣਾ ਕੇ ਦਿਓ ਸਾਨੂੰ ਅੱਛਾ ਹਾਂਜੀ ਅੱਛਾ ਜੀ ਹੋ ਬਸ ਇਹੀ ਡਿਜ਼ਾਈਨ ਹੋਰ ਰੋਲਾ ਹੀ ਕੋਈ ਨਹੀਂ ਕਰ ਲੈਂਦੇ ਹਾਂ ਕਰ ਲਓਗੇ ਨਾ ਆਇਓ ਫਿਰ ਬਸ ਤਿੰਨ ਚੀਜ਼ਾਂ 'ਤੇ ਆਪਣਾ ਡਿਜ਼ਾਈਨ ਆ ਕਫਾਂ 'ਤੇ ਆ ਅਤੇ ਬੈਨ 'ਤੇ ਆ ਪੱਟੀ 'ਤੇ ਆ ਪਹਿਲੇ ਸਭ ਤੋਂ ਇਸ ਤਰ੍ਹਾਂ ਨਾ ਖਰਚਾ ਤਿਆਰ ਕਰ ਲਵਾਂਗੇ ਸਾਈ ਦੀ 14 ਇੰਚ ਦੀ ਪੱਟੀ ਹੈਗੀ ਆਪਣੀ ਇੱਥੇ 16 ਦਾ ਬੈਨ ਸੀਗਾ ਆਪਣਾ ਹਾਂਜੀ 16.5 ਦਾ ਅਤੇ ਉਹ ਤਕਰੀਬਨ ਅੱਧੀ ਇੰਚ ਇੱਥੋਂ ਛੱਡਿਆ ਹੋਇਆ ਆਪਾਂ ਇੱਥੋਂ ਅੱਧੀ ਇੰਚ ਕਿਨਾਰੇ ਛੱਡੇ ਹੋਏ ਆ ਡਿਜ਼ਾਈਨ ਬੈਨ ਦੇ ਉੱਪਰ ਜਿਹੜਾ ਪੀਸ ਲੱਗਣਾ ਬੈਨ ਦਾ ਉਹ 15.5 ਇੰਚ ਕੱਟਣਾ ਕਿਉਂਕਿ 16.5 ਦਾ ਆਪਣਾ ਮੇਨ ਬੈਨ ਆ ਉਹਦੇ ਉੱਤੇ 15.5 ਦਾ ਇਹ ਡਿਜ਼ਾਈਨ ਵਾਲਾ ਲੱਗ ਜਾਏਗਾ ਇਸ ਤਰ੍ਹਾਂ ਕੱਟ ਲਿਆ ਠੀਕ ਹੋ ਗਿਆ ਅਤੇ ਚੌੜਾਈ ਵੱਲੋਂ ਵੀ ਆਪਾਂ 2 ਸੂਤਰ ਘੱਟ ਕੱਟਣਾ ਯਾਨੀ ਇਹਨੂੰ ਬਰੀਕ ਕੱਟਣਾ ਤਾਂ ਕਿ ਉਹਦੇ ਉੱਪਰ ਉੱਪਰ ਸ਼ੋ ਹੋ ਜਾਵੇ ਅਤੇ ਆ ਪੱਟੀ ਦੇ ਉੱਪਰ ਵੀ ਸੇਮ ਹੀ ਤਰੀਕਾ ਅਪਲਾਈ ਹੋਊਗਾ ਸਾਈਡ ਵੱਲੋਂ 2 ਸੂਤਰ ਘਟਾ ਕੇ ਅਤੇ ਨੀਚਿਓਂ ਵੀ 1 ਇੰਚ ਛੱਡ ਕੇ ਅਤੇ ਹੋ ਗਿਆ ਇਹ ਹੋ ਗਿਆ ਬੈਨ ਵੀ ਹੋ ਗਿਆ ਇਹ ਵੀ ਹੋ ਗਿਆ ਇਸੇ ਤਰੀਕੇ ਨਾਲ ਆਪਾਂ ਕਫਾਂ ਨੂੰ ਵੀ ਰੈਡੀ ਕਰ ਨੋਰਮਲ ਤਰੀਕੇ ਦੇ ਵਿੱਚ ਆਪਣਾ ਅੱਧੀ ਇੰਚ ਦੋਨਾਂ ਸਾਈਡਾਂ ਤੋਂ ਘੱਟ ਜਾਣਾ ਅਤੇ ਲੰਬਾਈ ਰੁੱਖ 2 ਸੂਤਰ ਘੱਟ ਜਾਣਾ ਸਾਰੀਆਂ ਚੀਜ਼ਾਂ ਨੂੰ ਆਪਾਂ ਇਸੇ ਤਰ੍ਹਾਂ ਨਾ 2-2 ਸੂਤਰ ਘੱਟ ਕਰ ਲੈਣਾ ਮੇਨ ਸਾਈਜ਼ ਤੋਂ ਅਤੇ ਆਪਣੇ ਕਫ ਵੀ ਤਿਆਰ ਹੋ ਗਏ ਪੱਟੀ ਵੀ ਔਰ ਬੈਨ ਵੀ ਸੀ ਇਸੇ ਤਰ੍ਹਾਂ ਸਾਰੀਆਂ ਚੀਜ਼ਾਂ ਰੱਖ ਕੇ ਆ ਜਿਸ ਤਰ੍ਹਾਂ ਮੈਂ ਪੱਟੀ ਰੱਖੀ ਆ ਇਹਨੂੰ ਜੋੜ ਲਵਾਂਗੇ ਜੋੜਨ ਤੋਂ ਬਾਅਦ 'ਚ ਸਿਰਫ ਔਰ ਸਿਰਫ ਕਿਨਾਰਿਆਂ ਤੋਂ ਜਿਹੜਾ ਅੱਧੀ ਇੰਚ ਛੱਡ ਕੇ ਕੱਪੜਾ ਅਤੇ ਉਹ ਕਟਿੰਗ ਕਰਕੇ ਇਹਦੇ ਉੱਤੇ ਹੀ ਆਪਾਂ ਫੋਲਡ ਕਰ ਦੇਣਾ ਪੇਸਟ ਲਗਾ ਕੇ ਇਸੇ ਤਰ੍ਹਾਂ ਹੀ ਸੇਮ ਤਰੀਕਾ ਆਪਣਾ ਕਫਾਂ 'ਤੇ ਵੀ ਅਪਲਾਈ ਹੋਏਗਾ ਸਾਈਡਾਂ ਤੋਂ ਅੱਧੀ ਇੰਚ ਛੱਡ ਕੇ ਅਤੇ ਉਹਨੂੰ ਕਟਿੰਗ ਕਰਕੇ ਉਹਦੇ ਉੱਪਰ ਪੇਸਟ ਕਰਕੇ ਅਤੇ ਉਹਨੂੰ ਯਾਨੀ ਫੋਲਡ ਕਰਦੇ ਇਸੇ ਤਰ੍ਹਾਂ ਸੇਮ ਤਰੀਕੇ ਦੇ ਨਾਲ ਸਾਰੀਆਂ ਚੀਜ਼ਾਂ ਆਪਾਂ ਤਿਆਰ ਕਰ ਲਈਆਂ ਹੁਣ ਸਿਰਫ ਔਰ ਸਿਰਫ ਇਹਨੂੰ ਮੇਨ ਖਰਚੇ ਦੇ ਉੱਤੇ ਅਪਲਾਈ ਕਰਨਾ ਸਿਲਾਈਆਂ ਲਾ ਕੇ ਇਹਨੂੰ ਉਹਦੇ ਨਾਲ ਐਡਜਸਟ ਕਰ ਦੇਣਾ ਚਲੋ ਆਪਾਂ ਚੱਲਦੇ ਹਾਂ ਆਪਣੀ ਮਸ਼ੀਨ 'ਤੇ ਮਸ਼ੀਨ ਮਾਸਟਰ ਜੀ ਬੜੀ ਮਾਰੀ ਨੇ ਪੱਟੀ ਜਿਸ ਸਾਈਡ ਤੋਂ ਆਪਾਂ ਕਮੀਜ਼ ਦੇ ਨਾਲ ਅਟੈਚ ਕਰੀ ਦੀ ਉਹਦੇ ਉੱਪਰ ਹੀ ਆਪਾਂ ਡਿਜ਼ਾਈਨ ਵਾਲੀ ਪੱਟੀ ਇਸ ਤਰ੍ਹਾਂ ਰੱਖ ਲੈਣੀ ਰੱਖਣ ਤੋਂ ਬਾਅਦ ਆਪਾਂ ਸਾਈਡ 'ਤੇ ਸਿਲਾਈ ਲਗਾ ਲੈਣੀ ਇੱਥੇ ਆਵਾਂਗੇ ਇੱਥੋਂ ਨੁੱਕਰ 'ਤੇ ਨਹੀਂ ਲੈ ਕੇ ਜਾਵਾਂਗੇ ਇੱਥੋਂ ਇੱਕ ਪੈਰ ਦਾ ਫਾਸਲਾ ਚੱਲ ਦੇਣਾ ਅੱਛਾ ਤਾਂ ਕਿ ਡਿਜ਼ਾਈਨ ਸੋਹਣਾ ਲੱਗੇ ਠੀਕ ਹੈ ਸਹੀ ਹੋ ਗਿਆ ਆ ਵੀ ਇੱਕ ਪੈਰ ਦਾ ਫਾਸਲਾ ਛੱਡ ਦੇ ਸਿਲਾਈ ਲਗਾ ਲੈ ਯਾਰ ਕਿ ਖਿੱਚਣਾ ਨਹੀਂ ਇੱਥੇ ਆਪਾਂ ਉਹ ਆਪਣਾ ਟਾਂਕੇ ਵੀ ਲਗਾ ਲਾਂਗੇ ਇਸੇ ਤਰ੍ਹਾਂ ਆਪਾਂ ਕਫਾਂ ਨੂੰ ਕਰਾਂਗੇ ਆਪਣੀਆਂ ਸਾਰੀਆਂ ਚੀਜ਼ਾਂ 'ਤੇ ਇਹੀ ਤਰੀਕਾ ਇਸਤੇਮਾਲ ਕਰਾਂਗੇ ਬੈਨ ਕਫ ਔਰ ਪੱਟੀ 'ਤੇ ਅਤੇ ਉਹ ਤੋਂ ਬਾਅਦ 'ਚੋਂ 2-2 ਟਾਂਕੇ ਲੱਗਣੇ ਆ ਰੈੱਡ ਕਲਰ ਦੇ ਨਾਲ ਉਹ ਲਗਾਵਾਂਗੇ ਇਹਨੂੰ ਬਣਾਵਾਂਗੇ ਨਹੀਂ ਖਰਚੇ ਨੂੰ ਹਲੇ ਇਹਦੇ ਉੱਪਰ ਜਿਹੜੇ ਇੱਥੇ ਟਾਂਕੇ ਲੱਗੇ ਆ ਪਹਿਲੇ ਉਹ ਲਗਾ ਲੈਂਦੇ ਹਾਂ ਬਸ ਇੰਨਾ ਕੁ ਕੰਮ ਸੀ ਇਹ ਇੰਨਾ ਆਪਾਂ ਕਰ ਲਿਆ ਵਾ ਹੁਣ ਸੂਈ ਦੇ ਵਿੱਚ ਆਪਾਂ ਪਾ ਲਿਆ ਰੈੱਡ ਕਲਰ ਦਾ ਧਾਗਾ ਠੀਕ ਹੈ ਰੱਤੇ ਰੰਗ ਦਾ ਧਾਗਾ ਹਾਂ ਅਤੇ ਇਹਨੂੰ ਆ ਨੀਚਿਓਂ ਕੱਢਣਾ ਆਪਾਂ ਟਾਂਕਾ ਇਸੇ ਤਰ੍ਹਾਂ ਜੀ ਆਪਾਂ ਆਪਣੇ ਸਾਰੇ ਖਰਚੇ 'ਤੇ ਡਿਜ਼ਾਈਨਿੰਗ ਕਰ ਲਈ ਦੇਖ ਸਕਦੇ ਹਾਂ ਠੀਕ ਹੋ ਗਿਆ ਜੀ ਹੁਣ ਇਹਨੂੰ ਸੂਟ 'ਤੇ ਅਪਲਾਈ ਕਰਨ ਤੋਂ ਬਾਅਦ 'ਚੋਂ ਕਿਸ ਤਰ੍ਹਾਂ ਦਾ ਦੇਖਦਾ ਇਹ ਅਤੇ ਜੀ ਇਹ ਤੋਂ ਬਾਅਦ 'ਚੋਂ ਸਿਰਫ ਇੰਨਾ ਕੰਮ ਆ ਕਿ ਇਸ ਖਰਚੇ ਨੂੰ ਜਿੱਦਾਂ ਆਪਾਂ ਅਪਲਾਈ ਕਰੀਦਾ ਕਮੀਜ਼ 'ਤੇ ਵੈਸੇ ਹੀ ਆਪਾਂ ਜੋੜ ਲੈਣਾ ਅਤੇ ਹਸਨ ਬਾਈ ਕੀ ਕਹਿੰਦੇ ਤੁਸੀਂ ਡਿਜ਼ਾਈਨ ਆਪਣਾ ਤਿਆਰ ਹੋ ਗਿਆ ਬਹੁਤ ਯਾਰ ਪਿਆਰਾ ਹੋਇਆ ਵਾ ਡਿਜ਼ਾਈਨ ਮਾਸ਼ਾਅੱਲਾ ਟਾਂਕੇ ਵੀ ਬੜੇ ਪਿਆਰੇ ਲੱਗੇ ਨੇ ਮੈਂ ਕਹਿ ਰਿਹਾ ਕਿਆ ਬਾਤ ਹੈ ਯਾਰ ਸਾਹਿਬ ਭਾਈ ਮੈਂ ਤਾਂ ਬਹੁਤ ਪਰੇਸ਼ਾਨ ਹੋ ਗਿਆ ਸੀ ਕਿ ਡਿਜ਼ਾਈਨ ਮੁਸ਼ਕਲ ਬਣੇਗਾ ਲੇਕਿਨ ਇਹ ਤਾਂ ਬਹੁਤ ਆਸਾਨ ਹੀ ਬਣ ਗਿਆ ਤੋ ਨਾਜ਼ਰੀਨ ਆਪ ਦੇਖ ਸਕਤੇ ਹੈ ਕਿਤਨਾ ਖੂਬਸੂਰਤੀ ਕੇ ਸਾਥ ਹਮਾਰਾ ਡਿਜ਼ਾਈਨ ਜੋ ਹੈ ਵੋ ਹਮਨੇ ਬਣਾ ਲਿਆ ਹੈ ਤੋ ਅਲਹਮਦੁਲਿਲਾ ਆਪ ਵੀ ਮਿਹਨਤ ਕੇ ਸਾਥ ਜਬ ਕਾਮ ਕਰੇਂਗੇ ਤੋ ਆਪ ਵੀ ਈਜ਼ੀਲੀ ਆਪਣਾ ਵਰਕ ਕਰ ਸਕਤੇ ਹੈ ਬਸ ਖਾਲਸ ਜੋ ਹੈ ਨਾ ਹੋ ਕੇ ਫਿਰ ਆਪਣਾ ਵਕਤ ਦੇ 100% ਦੇ ਤੋ ਇਨਸ਼ਾਅੱਲਾ ਅੱਲਾ ਪਾਕ ਆਪਕੋ ਕਾਮਯਾਬੀ ਦੇਂਗੇ ਤੋ ਆਪ ਦੇਖ ਸਕਤੇ ਹੈ ਕਿਤਨਾ ਖੂਬਸੂਰਤ ਲੱਗ ਰਿਹਾ ਹੈ ਪਹਿਲੇ ਜੋ ਆਪਣਾ ਬੇਸਿਕ ਖਰਚਾ ਹੈ ਵੋ ਹੈ ਉਸਕੇ ਉੱਪਰ ਹਮਨੇ ਇਹ ਜੋ ਡਿਜ਼ਾਈਨ ਵਾਲਾ ਖਰਚਾ ਹੈ ਵੋ ਲਗਾ ਲਿਆ ਐਸੇ ਹੀ ਬੈਨ ਕੇ ਉੱਪਰ ਹੈ ਐਸੇ ਹੀ ਜੋ ਹੈ ਪੱਟੀ ਕੇ ਉੱਪਰ ਹੈ ਯਹਾਂ ਸੇ ਇਹ ਖੁੱਲਾ ਹੁਆ ਵੀ ਨਜ਼ਰ ਆਤਾ ਹੈ ਤੋ ਪੱਟੀ ਹਮਨੇ ਕੈਸੇ ਲਗਾਈ ਹੈ ਪੱਟੀ ਕੇ ਨੀਚੇ ਹਮਨੇ ਇੱਕ ਔਰ ਪੱਟੀ ਐਡ ਕੀ ਹੈ ਜਿਸੇ ਹਮ ਕਹਤੇ ਹੈ ਡਬਲ ਪੱਟੀ ਤਾਂ ਕਿ ਹਮ ਬਟਨ ਜੋ ਹੈ ਇਸਕੇ ਉੱਪਰ ਸ਼ੋ ਨਾ ਕਰਵਾਏ ਇਸਕੇ ਅੰਦਰ ਕਰਵਾਏ ਤੋ ਐਸੇ ਹੀ ਆਪ ਕਫ ਵੀ ਦੇਖ ਸਕਤੇ ਹੈ ਮਾਸ਼ਾਅੱਲਾ ਬਹੁਤ ਮੁਝੇ ਤੋ ਬਹੁਤ ਖੂਬਸੂਰਤ ਲਗਾ ਤੋ ਐਸੇ ਸ਼ੁਗਲ ਮੇਲੇ ਮੇਂ ਹਮਨੇ ਵੀਡੀਓ ਬਣਾ ਦੀ ਆਪ ਤੱਕ ਇਹ ਡਿਜ਼ਾਈਨ ਪਹੁੰਚਾ ਦੀ ਹੈ ਤੋ ਅਗਰ ਆਪਕੋ ਹਮਾਰਾ ਇਹ ਕੰਟੈਂਟ ਪਸੰਦ ਆਤਾ ਹੈ ਮੈਂ ਇਹ ਨਹੀਂ ਕਹੂੰਗਾ ਆਪ ਲਾਈਕ ਕਰੇਂ ਸਬਸਕ੍ਰਾਈਬ ਕਰੇਂ ਵੋ ਆਪਕੀ ਮਰਜ਼ੀ ਹੈ
तो अगर आपको पसंद आता है तो क्या करें, फिर लाइक कर दें यार। अस्सलाम वालेकुम, मिलते हैं अपनी और एक नई वीडियो में, तब तक के लिए अल्लाह हाफिज़।